ਤੁਹਾਨੂੰ ਨਹੀਂ ਸਮਝ ਆਈ? ਇਹ ਮੌਲਵੀ ਡੀਜ਼ਲ ਹੈ, ਡਾਲਰਾਂ 'ਤੇ ਪਿਆ ਮਰਦਾ ਹੈ। ਇਹ ਪਹਿਲੀ ਅਸੈਂਬਲੀ ਹੈ ਜਿਹੜੀ ਬਗੈਰ ਡੀਜ਼ਲ ਤੋਂ ਵੀ ਚੱਲਦੀ, ਅਤੇ ਨਾਲ ਹੀ ਉਹਨੂੰ ਮੌਤ ਪੈ ਗਈ। ਹੈ ਰੋਣ ਲੱਗਾ ਹੈ, ਮਰਨ ਲੱਗਾ ਹੈ, ਇਹ ਹੋ ਗਿਆ ਉਹ ਹੋ ਗਿਆ, ਹੁਣੇ ਡਾਲਰ ਦਿਓ ਠੀਕ ਹੈ। ਅਤੇ ਕੁਝ ਮੌਲਵੀ ਨੇ ਜਿਹੜੇ ਰਿਆਲ ਆ, 3-4 ਸਾਲ ਬਲਕਿ 2 ਸਾਲ ਪਹਿਲੋਂ ਇੱਕ ਮਸਜਿਦ ਹਰਾਮ ਦੇ ਇਮਾਮ ਆਏ ਸਨ, ਅਤੇ ਉੱਥੇ ਮੁਰੀਦ ਕੇ ਮੈਂ ਵੀ ਤਕਰੀਰ ਕਰਕੇ ਆ ਰਿਹਾ ਸਾਂ। ਰੈੱਡ ਕਾਰਪੇਟ ਵਿਛਾਏ ਨੇ, ਫੁੱਲ ਪੱਤੀਆਂ, ਲਾਈਟਾਂ, ਇਸਤਿਕਬਾਲ। ਮੈਂ ਆਖਿਆ ਮੌਲਵੀ ਕੀ ਹੋਇਆ ਜੇ? ਉਹਨੇ ਆਖਿਆ ਪਤਾ ਨਹੀਂ, ਮਸਜਿਦ ਹਰਾਮ ਦਾ ਇਮਾਮ ਆ ਰਿਹਾ, ਅਸੀਂ ਉਹਦਾ ਇਸਤਿਕਬਾਲ ਕਰ ਰਹੇ ਹਾਂ। ਮੈਂ ਕਿਹਾ ਹੁਣ ਬਿਦਤ ਕੁਝ ਨਹੀਂ? ਹੁਣ ਕੋਈ ਸ਼ੈ ਬਿਦਤ ਨਹੀਂ? ਨਹੀਂ ਨਹੀਂ ਮੀਆਂ ਤਨਵੀਰ ਦੇ ਨੂੰ ਪਤਾ ਨਹੀਂ, ਇਹ ਕੋਈ ਆਮ ਇਮਾਮ ਨਹੀਂ ਹੈ, ਇਹ ਮਸਜਿਦ ਹਰਾਮ ਦਾ ਇਮਾਮ ਹੈ। ਤਵੱਜੋ ਹੈ, ਸੁਣਿਓ, ਜੇ ਤੁਸੀਂ ਮੇਰੀ ਗੱਲ ਸਮਝ ਜਾਓ, ਇਹ ਸਿਰਫ ਮਸਜਿਦ ਹਰਾਮ ਦੇ ਇਮਾਮ ਦੀ ਵਜ੍ਹਾ ਤੋਂ ਨਹੀਂ, ਉਹ ਇਮਾਮ ਨਾਲ ਰਿਆਲ ਲੈ ਕੇ ਆਇਆ ਸੀ। ਇਮਾਮ ਨੂੰ ਸਲਾਮ ਨਹੀਂ ਹੈ, ਮੁੱਲਾਂ ਦਾ ਰਿਆਲ ਨੂੰ ਸਲਾਮ ਹੈ। ਅਸੀਂ ਦੀਆਂ ਮੁੱਲਾਂ ਤੈਨੂੰ ਰਿਆਲ ਮੁਬਾਰਕ, ਤੇ ਸੁਨੀਆਂ ਨੂੰ ਆਮੀਨਾਂ ਦਾ ਲਾਲ ਮੁਬਾਰਕ। ਮੈਂ ਇੱਕ ਜੁਮਲਾ ਬੋਲਣਾ ਚਾਹੁੰਦਾ, ਉਹ ਜੇ ਮਸਜਿਦ ਹਰਾਮ ਦਾ ਇਮਾਮ ਆਵੇ ਤੇ ਫੁੱਲ ਪੱਤੀਆਂ ਵੀ ਠੀਕ ਨੇ, ਪੱਤੀਆਂ ਵੀ ਠੀਕ ਨੇ, ਇਸਤਿਕਬਾਲ ਵੀ ਠੀਕ ਨੇ, ਮਰਹਬਾ ਦੇ ਨਾਰੇ ਵੀ ਠੀਕ ਨੇ, ਓਏ ਇਹ ਤੇ ਮਸਜਿਦ ਹਰਾਮ ਦਾ ਇਮਾਮ ਹੈ, ਤੇ ਜਿਹਦਾ ਅਸੀਂ ਮਿਲਾਦ ਮਨਾਉਂਦੇ ਹਾਂ ਉਹ ਨਬੀਆਂ ਦਾ ਇਮਾਮ ਹੈ। ਮੈਂ ਫਿਰ ਗਲਤ ਤੇ ਨਹੀਂ ਆਉਂਦਾ? ਮੁੱਲਾਂ ਨੂੰ ਮਾਣ ਡਾਲਰਾਂ ਦੇ ਨਾਲੇ ਹੈ, ਰਿਆਲਾਂ ਦੇ ਸੁਨੀਆਂ